ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਗੀ ਲੀਡਰਾਂ ਨੇ ਅਕਾਲੀ ਦਲ ਸੁਧਾਰ ਲਹਿਰ ਬਣਾਈ, ਪਰ ਪਾਰਟੀ ਦੇ ਵਿੱਚ ਰਹਿ ਕੇ ਸੱਤਾ ਦਾ ਆਨੰਦ ਮਾਣਨ ਵਾਲੇ ਲੀਡਰ ਪਾਰਟੀ ਤੇ ਉਂਗਲਾਂ ਚੁੱਕਣ ਦੀ ਭੁੱਲ ਨਾ ਕਰਨ। ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਰਾਜ ਕਮਲ ਸਿੰਘ ਭੁੱਲਰ ਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪ੍ਰਦੀਪ ਕਲੇਰ ਨੂੰ ਸ਼੍ਰੀ ਕਹਿ ਕੇ ਸੰਬੋਧਨ ਕਹੇ ਜਾਣ ਦਾ ਸਖ਼ਤ ਨੋਟਿਸ ਲੈਂਦਾ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਰਾਜ ਕਮਲ ਸਿੰਘ ਭੁੱਲਰ ਤੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਿੱਚ ਰਹਿ ਕੇ ਸੱਤਾ ਦਾ ਆਨੰਦ ਮਾਣਨ ਵਾਲੇ ਵਡਾਲਾ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੇ ਉਹ ਹੁਣ ਅਕਾਲੀ ਦਲ ਸੁਧਾਰ ਕਮੇਟੀ ਦੀ ਗੱਲ ਕਰਦੇ ਨੇ, ਜਦਕਿ ਦੂਜੇ ਪਾਸੇ ਐਸੇ ਬੰਦਿਆਂ ਨੂੰ ਸ਼ੀ ਮਾਰ ਕੇ ਅੱਗੇ ਗੱਲ ਕਰਦੇ ਨੇ। ਭੁੱਲਰ ਨੇ ਵਡਾਲਾ ਨੂੰ ਸਵਾਲ ਕਰਦੇ ਕਿਹਾ ਕਿ ਉਹ ਦੱਸਣ ਕਿ ਬਰਗਾੜੀ ਕਾਂਡ ਨਾਲ ਸੰਬੰਧਿਤ ਗੁਰੂ ਦੇ ਦੋਖੀ ਐਸੇ ਲੋਕਾਂ ਨੂੰ ਇੱਜ਼ਤ ਮਾਣ ਦੇ ਕੇ ਉਹ ਕਿਹੜੇ ਸੁਧਾਰ ਦੀ ਗੱਲ ਕਰਦੇ ਨੇ। ਨਕੋਦਰ ਵਿਖੇ ਅੱਜ ਆਏ ਸਾਰੇ ਪ੍ਰੈਸ ਭਾਈਚਾਰਾ ਅਤੇ ਵਰਕ ਸਾਰੇ ਅਹੁਦੇਦਾਰ ਸਾਹਿਬਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੂਹ ਪ੍ਰੈਸ ਭਾਈਚਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਰਿਸ਼ ਦੇ ਮੌਸਮ 'ਚ ਵੀ ਆਏ ਨੇ ਅਤੇ ਉਹਨਾਂ ਦਾ ਬੜਾ ਜੀ ਆਇਆਂ ਆਖਦਾ ਅਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਆ। ਅੱਜ ਜਿਹੜਾ ਵਿਸ਼ਾ ਜੀ ਪ੍ਰੈਸ ਕਾਨਫਰੰਸ ਦਾ, ਇੱਕ ਤਾਂ ਪ੍ਰਦੀਪ ਕਲੇਰ ਜਿਸਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸੀ, ਉਹ ਵਿਸ਼ਾ ਜੀ। ਦੂਸਰਾ ਵਿਸ਼ਾ ਜੀ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਲੀਡਰ ਪਾਰਟੀ ਵਿੱਚੋਂ ਬਰਖਾਸਤ ਕੀਤੇ ਹਨ ਉਹਨਾਂ ਸੰਬੰਧੀ ਹੈ ਜੀ। ਹੁਣ ਆਪਾਂ ਸਾਰਿਆਂ ਨਾਲੋਂ ਪਹਿਲਾਂ ਸ਼ੁਰੂ ਕਰਦੇ ਹਾਂ ਜੀ ਪ੍ਰਦੀਪ ਕਲੇਰ ਦਾ ਜਿਹੜਾ ਵਿਸ਼ਾ ਉਹਦੇ 'ਤੇ। ਪ੍ਰਦੀਪ ਕਲੇਰ ਇੱਕ ਉਹ ਵਿਅਕਤੀ ਹੈ, ਮੈਂ ਤਾਂ ਇਹ ਸਮਝਦਾ ਕਿ ਦੁਨੀਆ ਦਾ ਸਭ ਤੋਂ ਵੱਡਾ ਗੁਨਾਹਗਾਰ ਪ੍ਰਦੀਪ ਕਲੇਰ ਆ। ਪ੍ਰਦੀਪ ਕਲੇਰ ਇੱਕ ਉਹ ਅੰਸਰ ਹੈ, ਉਹ ਸ਼ਖਸ ਆ ਜਿਸਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕੀਤੀ। ਇਹ ਜਦੋਂ ਗੱਲ ਕਹਿਣ ਲੱਗਦੇ ਆ ਬੜਾ ਮਨ ਵੀ ਔਖਾ ਹੁੰਦਾ ਤੇ ਜਵਾਨ ਤੋਂ ਵੀ ਕਹਿਣਾ ਬੜਾ ਔਖਾ ਹੁੰਦਾ ਕਿ ਉਸਨੇ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ। ਇੱਕ ਇਹ ਉਹ ਪ੍ਰਦੀਪ ਕਲੇਰ ਆ। ਹੁਣ ਪ੍ਰਦੀਪ ਕਲੇਰ ਜਿੱਥੇ ਸਿੱਖ ਕੌਮ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਣ ਵਾਲੇ ਤੇ ਜਿਹੜੇ ਹਰ ਧਰਮ ਦਾ ਸਤਿਕਾਰ ਕਰਦੇ ਆ, ਹਰ ਚਾਹੇ ਹਿੰਦੂ ਮਜ੍ਹਬ ਆ ਚਾਹੇ ਮੁਸਲਿਮ ਮਜ੍ਹਬ ਆ, ਹਰ ਜਿਹੜਾ ਧਰਮੀ ਬੰਦਾ ਉਹ ਉਸ ਬੰਦੇ ਦਾ ਸ਼ਖਸ ਦਾ ਨਾਮ ਲੈਣਾ ਨਹੀਂ ਪਸੰਦ ਕਰਦਾ, ਕਿਉਂਕਿ ਜਿਸਨੇ ਐਡਾ ਘਲਾਉਣਾ ਕੰਮ ਕੀਤਾ ਹੋਵੇ, ਜਿਹਨੂੰ ਦੁਨੀਆ ਨਮਨ ਕਰਦੀ ਆ, ਦੁਨੀਆ ਸਿਰ ਝੁਕਾਉਂਦੀ ਆ, ਦੁਨੀਆ ਨੱਕ ਰਗੜ ਕੇ ਉਹਦੇ ਮੂਹਰੇ ਗਲਤੀਆਂ ਮੰਨਦੀ ਆ, ਆਪਦੀਆਂ ਇੱਛਾਵਾਂ ਮੰਗਦੀ ਆ, ਉਸ ਬੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਤੇ ਹੁਣ ਹਲਕੀ ਰਾਜਨੀਤੀ ਕੀ ਆ ਗਈ ਕਿ ਜਿਹੜੇ ਵਿੱਚ ਅਸੀਂ ਪ੍ਰਦੀਪ ਕਲੇਰ ਨੂੰ ਹੀਰੋ ਬਣਾ ਲਿਆ, ਇੰਟਰਵਿਊਆਂ ਲੈਣ ਲੱਗ ਗਏ ਉਹਨਾਂ ਦੀਆਂ, ਤੇ ਸਾਡੇ ਮਾਫ ਕਰਨਾ ਕਿ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ ਉਹਨਾਂ ਦੇ ਕਨਵੀਨਰ
ਸਾਡੇ ਬਹੁਤ ਹੀ ਸਤਿਕਾਰਯੋਗ ਗੁਰਪ੍ਰਤਾਪ ਸਿੰਘ ਵਡਾਲਾ ਜੀ ਪਰਸੋਂ ਪ੍ਰੈਸ ਕਾਨਫਰੰਸ ਕਰਦੇ ਸੀ ਤੇ ਉਸ ਸ਼ਖਸ ਨੂੰ ਉਸ ਪਾਪੀ ਰੂਹ ਨੂੰ ਉਹ ਸੰਬੋਧਨ ਕਰਦੇ ਪਏ ਆ। ਸ਼੍ਰੀ ਪ੍ਰਦੀਪ ਕਲੇਰ ਹੋਣਾ ਨੇ ਕਿਹਾ, ਸ਼੍ਰੀ ਪ੍ਰਦੀਪ ਕਲੇਰ ਨੇ ਕਿਹਾ, ਉਹ ਸ਼੍ਰੀ ਇੱਕ ਜਿਹੜਾ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਬਣਾਈ ਆ, ਇਹ ਕੀ ਗੱਲ? ਇਹ ਕੋਈ ਜਿਹੜਾ ਪ੍ਰਦੀਪ ਕਲੇਰ ਦੇ ਅਕਸ ਨੂੰ ਸੁਧਾਰਨ ਲਈ ਬਣਾਈ ਆ, ਜਿਸ ਵਿੱਚ ਤੁਸੀਂ ਉਹਨੂੰ ਸ਼੍ਰੀ ਕਹਿ ਕੇ ਮਾਨ ਜੋ ਸਤਿਕਾਰ ਦਿੰਦੇ ਹੋ, ਉਹ ਬੰਦੇ ਦਾ ਤਾਂ ਨਾਮ ਰਹਿਣਾ ਗੁਨਾਹ ਵਾ। ਉਹਦਾ ਨਾਮ ਮੈਂ ਨਾਂ ਲੈ ਰਿਹਾ, ਮੇਰਾ ਬਿਲਕੁਲ ਵੀ ਮੇਰਾ ਅੰਦਰੋਂ ਇਜਾਜ਼ਤ ਨਹੀਂ ਦਿੰਦੇ ਕਿ ਉਹਨੂੰ ਮੈਂ ਨਾਮ ਲਵਾਂ, ਪਰ ਮਜਬੂਰਨ ਨਾਮ ਲੈ ਰਿਹਾ, ਲੈਣਾ ਪੈ ਰਿਹਾ। ਹੁਣ ਇਹ 'ਚ ਤਾਂ ਦੋ ਗੱਲਾਂ ਹੋਈਆਂ। ਮੈਂ ਸਤਿਕਾਰਯੋਗ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਬਣੇ ਆ, ਉਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ ਕਿ ਆਪਾਂ ਦੋ ਗੱਲਾਂ ਹੋ ਸਕਦੀਆਂ, ਜਾਂ ਤਾਂ ਆਪਾਂ ਡੇਰੇ ਨਾਲ ਹਾਂ ਜਾਂ ਆਪਾਂ ਸਿੱਖ ਕੌਮ ਨਾਲ ਹਾਂ। ਜੇ ਆਪਾਂ ਡੇਰੇ ਨਾਲ ਹਾਂ ਫਿਰ ਤਾਂ ਠੀਕ ਹੈ ਜੀ, ਜੇ ਆਪਾਂ ਸਿੱਖ ਕੌਮ ਨਾਲ ਹਾਂ ਫਿਰ ਉਹ ਸ਼੍ਰੀਮਾਨ ਨਹੀਂ ਹੋ ਸਕਦਾ। ਦੋਨਾਂ ਗੱਲਾਂ 'ਚ ਆਪਾਂ ਨੂੰ ਇੱਕ ਗੱਲ ਤਾਂ ਸਟੈਂਡ ਲੈਣਾ ਪੈਣਾ ਨਾ ਜੀ। ਹੁਣ ਉਹ ਤਾਂ ਆਪਾਂ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਸ਼੍ਰੀ ਕਹਿ ਕੇ ਉਹਨੂੰ ਸਤਿਕਾਰ ਦੇ ਕੇ ਆਪਾਂ ਕੀ ਸਿੱਧ ਕਰਨਾ ਚਾਹੁੰਦੇ ਹਾਂ ਕਿ ਇਹ ਤਾਂ ਅਕਾਲੀ ਦਲ ਨੂੰ ਪਹਿਲਾਂ ਹੀ ਅੰਦਰੋਂ ਖੋਰਾ ਲਾਈ ਜਾ ਰਹੇ ਆ ਕਿ ਜਦੋਂ ਅਕਾਲੀ ਦਲ ਉੱਠਣ ਲੱਗਦਾ, ਜਦੋਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਜਾਬ ਬਚਾਊ ਯਾਤਰਾ 'ਚ ਬੜਾ ਵਧੀਆ ਮਹਿਮ ਬੜੀ ਵਧੀਆ ਯਾਤਰਾ ਸ਼ੁਰੂ ਹੋਈ, ਉਸ ਵਿੱਚ ਕੀ ਹੋਇਆ? ਲੋਕ ਲਹਿਰ ਹੋਈ, ਲੋਕ ਲਹਿਰ ਚੱਲੀ, ਅਕਾਲੀ ਦਲ ਦੀ ਗੱਲ ਚੱਲਣ ਲੱਗੀ, ਉਸ ਵਿੱਚ ਬਾਗੀ ਲੀਡਰਾਂ ਨੇ ਕੀ ਕੀਤਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਵਧੀਆ ਨਿਖਰ ਕੇ ਅੱਗੇ ਆ ਰਹੇ ਆ, ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਵਰਕ ਬੰਦ ਕਰਤਾ, ਆਪਣੇ ਹਲਕਿਆਂ ਦੇ ਵਿੱਚ ਗਏ ਹੀ ਨਹੀਂ, ਗਏ ਵੋਟਾਂ ਹੀ ਨਹੀਂ ਮੰਗੀਆਂ। ਜਿਹੜੇ ਬਾਗੀ ਧੜੇ ਵਾਲੇ ਆ, ਦੱਸਣਾ ਚਾਹੁੰਦਾ ਮੈਂ ਤੁਹਾਨੂੰ, ਉਹਨਾਂ ਨੇ ਚਾਹੇ ਕਿਸੇ ਦਾ ਦੋ ਹਲਕਿਆਂ 'ਚ ਸੀ ਚਾਹੇ ਪੰਜਾਂ ਹਲਕਿਆਂ 'ਚ ਸੀ, ਉਹਨਾਂ ਨੇ ਆਪਦੇ ਹਲਕਿਆਂ 'ਚ ਵੋਟਾਂ ਨਹੀਂ ਮੰਗੀਆਂ। ਚਾਹੇ ਪਟਿਆਲਾ ਹਲਕਾ ਲਾ ਲਓ, ਚਾਹੇ ਸੰਗਰੂਰ ਲਾ ਲਓ, ਚਾਹੇ ਜੋ, ਉਹਨਾਂ ਨੇ ਕਿਸੇ ਨੇ ਕੋਈ ਵੋਟ ਨਹੀਂ ਮੰਗੀ। ਤੇ ਬਾਅਦ ਚੋਂ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਸੁਧਾਰ ਲੈ ਰਿਹਾ, ਪਹਿਲਾਂ ਮੈਨੂੰ ਕੰਪਲੀਟ ਕਰ ਲੈਣ ਦਿਓ, ਉਸ ਤੋਂ ਬਾਅਦ ਵਨ ਬਾਈ ਵਨ ਮੈਂ ਤੁਹਾਨੂੰ ਸਾਰਿਆਂ ਦਾ ਕਰ ਲੂੰ, ਮੈਂ ਇੰਟਰਪਟ ਨਾ ਹੁਣ ਮਾੜਾ ਜਿਹਾ। ਉਹਦੇ 'ਚ ਹੁਣ ਆਪਾਂ ਕਹਿੰਦੇ ਹਾਂ ਵੋਟ ਬੈਂਕ ਘਟਿਆ, ਵੋਟ ਬੈਂਕ ਜਦ ਜਿਹੜੇ ਅਕਾਲੀ ਦਲ ਦੇ ਵੱਡੇ ਲੀਡਰ ਜਿਨ੍ਹਾਂ ਨੇ ਸਰਕਾਰਾਂ ਹੰਢਾਈਆਂ, ਮਨਿਸਟਰੀਆਂ ਮਾਣੀਆਂ, ਚੀਫ ਪਾਰਲੀਮੈਂਟ ਸੈਕਟਰੀਆਂ ਮਾਣੀਆਂ, MLA ਮਾਣੀਆਂ, ਉਸ ਬੰਦਿਆਂ ਨੇ ਉੱਥੇ ਜਾ ਕੇ ਵੋਟਾਂ ਵੀ ਨਹੀਂ ਮੰਗੀਆਂ, ਤੇ ਉਹਦਾ ਠੀਕਰਾ ਕਿਹਦੇ ਸਿਰ ਭੰਦੇ ਆ? ਸਰਦਾਰ ਸੁਖਵੀਰ ਸਿੰਘ ਬਾਦਲ। ਸੁਖਵੀਰ ਸਿੰਘ ਬਾਦਲ ਦੇ ਤਾਂ ਤੁਸੀਂ ਬਠਿੰਡਾ ਦੇਖ ਲਓ, ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨੁਮਾਇੰਦਗੀ ਕਰਦੇ ਸੀ ਫਿਰੋਜ਼ਪੁਰ ਤੋਂ, ਉਹ ਦੇਖ ਲਓ ਕਿੰਨਾ ਸੋਹਣਾ ਰਿਜ਼ਲਟ ਰਹੇ ਉਹ ਚੀਜ਼ਾਂ ਦੇ। ਹੁਣ ਬਾਕੀ ਗੱਲਾਂ ਦਾ ਹੁਣ ਠੀਕਰਾ ਹੋਰ ਪਾਰਟੀਆਂ ਨਾਲ ਰਲ ਕੇ, ਕਿਉਂਕਿ ਇੱਕ ਇਹਨਾਂ ਦਾ ਸੱਤਾ ਜਿਹੜੀ ਆ ਮੇਨ, ਇਹਨਾਂ ਨੂੰ ਸੱਤਾ ਦੀ ਚਾਹ ਵਾ, ਨਾ ਇਹਨਾਂ ਨੂੰ ਕਿਸੇ ਅਕਾਲੀ ਦਲ ਨਾਲ ਲੈਣਾ ਵਾ, ਇਹਨਾਂ ਨੂੰ ਤਾਂ ਜਿਹੜਾ ਇਹਨਾਂ ਨੂੰ MP ਬਣਾ ਦੇਵੇ, ਮੈਂਬਰ ਰਾਜ ਸਭਾ ਬਣਾ ਦੇਵੇ, ਜਾਂ MLA ਦੇ ਬਣਾ ਦੇਵੇ, ਜਾਂ ਕੋਈ ਕਿਸੇ ਵਜ਼ੀਰ ਬਣਾ ਦੇਵੇ, ਇਹਨਾਂ ਨੂੰ ਇਹਨਾਂ ਦਾ ਹੀ ਇਹ ਮਤਲਬ ਆ। ਹੋਰ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਮਤਲਬ ਨਹੀਂ, ਕੋਈ ਪੰਜਾਬ ਦੇ ਲੋਕਾਂ ਨਾਲ ਕੋਈ ਮਤਲਬ ਨਹੀਂ।
ਇੱਕ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਖੇਤਰੀ ਪਾਰਟੀ ਆ ਜਿਹੜੀ ਪੰਜਾਬ ਨੂੰ ਬਚਾ ਸਕਦੀ ਆ, ਇਹ ਤੋਂ ਬਿਨਾਂ ਕੋਈ ਨਹੀਂ। ਇਹ ਪੰਜਾਬੀਆਂ ਦੀ ਪਾਰਟੀ ਆ, ਪੰਜਾਬੀਆਂ ਲਈ ਹੀ ਕੰਮ ਕਰਦੀ ਆ ਤੇ ਪੰਜਾਬੀਆਂ ਦੀ ਹੀ ਸੋਚ ਤੇ ਪਹਿਰਾ ਦਿੰਦੀ ਆ। ਨਹੀਂ ਨਹੀਂ ਜੀ, ਇਹ ਤਾਂ ਗੱਲ ਸੁਣੋ, ਇਹ ਤਾਂ ਕੋਈ ਵੀ ਬੰਦਾ ਹੁਣ ਇਲੈਕਸ਼ਨਾਂ ਦੇ ਦਿਨਾਂ 'ਚ ਕੋਈ ਘਰੇ ਬਹਿ ਜਾਵੇ, ਹੁਣ ਉਹ ਘਰੇ ਬਹਿ ਕੇ ਉਹ ਕਰੀ ਗਏ ਅਸੀਂ ਕਰਦੇ ਹਾਂ ਜੀ ਮਦਦ, ਪਰ ਮਦਦ ਤਾਂ ਰਿਜ਼ਲਟ ਤੋਂ ਬਾਅਦ ਜਾਂ ਉਦੋਂ ਪਤਾ ਤਾਂ ਲੱਗ ਜਾਂਦਾ। ਉਹ ਇੱਕ ਸਮਾਂ ਹੁੰਦਾ, ਸਮਾਂ 'ਚ ਉਸ ਇੱਕ ਕੋਈ ਸਟੈਪ ਲੈਣਾ ਔਖਾ ਹੁੰਦਾ। ਉਦੋਂ ਬਾਅਦ ਇਹਨਾਂ ਨੇ ਬਗਾਵਤ ਕੀ ਕਰਤੀ ਸ਼ੁਰੂ, ਜਦੋਂ ਰਿਜ਼ਲਟ ਆਏ 3 ਤਰੀਕ ਤੋਂ ਬਾਅਦ ਹੀ ਬਗਾਵਤ ਸ਼ੁਰੂ ਹੋ ਗਈ। ਬਗਾਵਤ ਦਾ ਤਾਂ ਇਹਨਾਂ ਦਾ ਪਹਿਲਾਂ ਹੀ ਸੀਗਾ ਬਣਿਆ ਹੋਇਆ, ਜਿਹਦੇ 'ਚ ਉਦੋਂ ਬਾਅਦ ਪ੍ਰੈਸ ਰਾਹੀਂ ਤੁਹਾਡੇ ਰੂਬਰੂ ਹੋ ਕੇ ਇਹ ਕਰਦੇ ਰਹੇ ਗੱਲਾਂ ਕਿ ਆਏ ਜੀ ਸੁਖਬੀਰ ਸਿੰਘ ਬਾਦਲ ਆਏ, ਸ਼੍ਰੋਮਣੀ ਅਕਾਲੀ ਦਲ ਆਏ, ਤੇ ਫਿਰ ਪਾਰਟੀ ਫੋਰਮ ਤੇ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਸੀਗੇ ਸਰਦਾਰ ਬਲਵਿੰਦਰ ਸਿੰਘ ਭੁੰਦੜ ਜੀ, ਇਹਨਾਂ ਨੂੰ 21 ਤਰੀਕ ਨੂੰ ਸੱਦਿਆ, ਇਹਨਾਂ ਨੂੰ 24 ਤਰੀਕ ਨੂੰ ਸੱਦਿਆ, ਫਿਰ ਸਮਾਂ ਦਿੱਤਾ ਕਿ ਤੁਸੀਂ ਜਿਹੜਾ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ ਦੇ ਉੱਪਰ ਖੜ ਕੇ ਕਰੋ। ਕੋਈ ਵੀ ਗੱਲ ਹੁੰਦੀ ਆ ਉਹ ਆਪਾਂ ਪਾਰਟੀ ਪਲੇਟਫਾਰਮ ਤੇ ਕਹਿ ਕੇ ਚੰਗੀ ਲੱਗਦੇ ਆ, ਠੀਕ ਹੈ, ਅੰਦਰ ਪਰਿਵਾਰਾਂ 'ਚ ਵੀ ਆਪਣੇ ਪਰਿਵਾਰਾਂ 'ਚ ਵੀ ਗੁੱਸੇ ਗਿਲੇ ਹੁੰਦੇ ਆ, ਆਪਾਂ ਕੋਈ ਵੀ ਅੰਦਰ ਬਹਿ ਕੇ ਸੁਲਝਾਉਂਦੇ ਹਾਂ ਨਾ ਜੀ। ਉਹ ਕੋਈ ਆਪਾਂ ਪ੍ਰੈਸ 'ਚ ਤਾਂ ਨਹੀਂ ਲੈ ਕੇ ਜਾ ਕੇ ਕਹਿੰਦੇ ਵੀ ਭਾਈ ਮੇਰਾ ਨਾ ਆਹ ਪਰਿਵਾਰਕ ਚੀਜ਼ ਆਹ ਨਹੀਂ ਹੁੰਦੀ, ਆਹ ਨਹੀਂ ਹੁੰਦੀ। ਜਦ ਪਾਰਟੀ ਫੋਰਮ ਤੇ ਆਪਾਂ ਗੱਲ ਕਰਨ ਨੂੰ ਤਿਆਰ ਨਹੀਂ ਗੇ, ਇਹਦਾ ਮਤਲਬ ਸਿੱਧੋ ਸਿੱਧੀ ਇਹੀ ਗੱਲ ਆ ਜੀ, ਇਹ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਇੱਕ ਬਣਾ ਕੇ ਨਕਲੀ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰਾਂ ਦਿੱਲੀ ਦੇ ਹੱਥ ਦੇਣਾ ਚਾਹੁੰਦੇ ਆ ਜੀ, ਤੇ ਉਹ ਪੰਜਾਬ ਦੀ ਜਨਤਾ ਬੜੀ ਸੂਝਵਾਨ ਆ, ਉਹ ਕਦੇ ਵੀ ਇਹ ਚੀਜ਼ ਹੋਣ ਨਹੀਂ ਦਊਗੀ। ਸਰ ਮੇਰਾ ਕੁਐਸਚਨ ਸੀ ਸ਼੍ਰੋਮਣੀ ਅਕਾਲੀ ਦਲ ਉਹ ਜਿਹੜੀ ਸੁਧਾਰ ਲੈ ਰਿਹਾ ਇਹ ਅਲੱਗ ਅਲੱਗ ਹੈ ਜੀ? ਬਿਲਕੁਲ ਜੀ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਤਾਂ ਇਹਨਾਂ ਨੇ ਆਪ ਬਣਾਈ ਹੈ ਜੀ, ਆਹ ਹੁਣ ਸੁਧਾਰ ਕਰੀ ਤਾਂ ਜਾਂਦੇ ਆ, ਹੁਣ ਪ੍ਰਦੀਪ ਕਲੇਰ ਦਾ ਅਕਸ ਸੁਧਾਰਨ ਤੇ ਲੱਗੇ ਆ। ਜਿਹੜਾ ਬੰਦੇ ਦਾ ਨਾਮ ਲੈਣਾ ਨਹੀਂ ਕੋਈ ਪਸੰਦ ਕਰਦਾ, ਜਿਹਨੇ ਐਡੀ ਵੱਡੀ ਬੇਅਦਬੀ ਕੀਤੀ ਆ ਬੰਦੇ ਨੇ, ਉਸ ਨੂੰ ਅਸੀਂ ਸ਼੍ਰੀਮਾਨ ਕਹਿ ਕੇ ਉਹਨੂੰ ਸਮਾਜ ਦੇ ਵਿੱਚ ਉਹਦੀ ਸੁਧਾਰ ਕਰ ਰਹੇ ਹਾਂ, ਉਹਦੀਆਂ ਇੰਟਰਵਿਊਆਂ ਹੋ ਰਹੀਆਂ, ਹੋਰ ਕੀ ਸੁਧਾਰ ਹੈ, ਆਹੀ ਸੁਧਾਰ ਲੱਗਦਾ ਜੀ ਮੈਨੂੰ ਤਾਂ। ਸਰ ਪ੍ਰਦੀਪ ਕਲੇਰ ਨੇ ਜਿਹੜਾ ਹੈਗਾ ਸੁਖਬੀਰ ਬਾਦਲ ਤੇ ਵੀ ਕਾਫੀ ਇਲਜ਼ਾਮ ਲਾਏ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਆ ਭਾਜੀ? ਹੁਣ ਇਹ ਤੁਸੀਂ ਦੱਸੋ, ਜਦੋਂ SIT ਬਣੀ ਸੀਗੀ, ਜਦੋਂ ਪੁਲਿਸ ਇੰਟੈਰੋਗੇਸ਼ਨ ਤੇ ਸੀਗਾ, ਉਦੋਂ ਤਾਂ ਪ੍ਰਦੀਪ ਕਲੇਰ ਕੁਛ ਬੋਲਿਆ ਨੀਗਾ, ਠੀਕ ਹੈ ਨਾ। ਜਦੋਂ ਹੁਣ ਬੇਲ ਹੋ ਜਾਂਦੀ ਆ, ਉਹਦੇ ਆਕਾ ਜਿਨ੍ਹਾਂ ਨੇ ਸਟੇਟਾਂ ਚਲਾਉਂਦੇ ਆ ਤੇ ਜਿਨ੍ਹਾਂ ਇਲੈਕਸ਼ਨਾਂ ਲੜਨੀਆਂ, ਹਰਿਆਣਾ ਇਲੈਕਸ਼ਨ ਵੀ ਆ ਰਹੀ ਆ, ਉਹ ਵੀ ਆ, ਹੁਣ ਇਹ ਦੇਖੋ ਤੁਸੀਂ ਘੜੀ ਕਿਹਦੇ ਨਾਲ ਜੁੜਦੀ ਆ ਕਿ ਹੁਣ ਇਹ ਸੈਂਸਿਟਿਵ ਕੰਮ ਕਿਵੇਂ ਸ਼ੁਰੂ ਹੋਇਆ। ਬਾਗੀ ਧੜਾ ਬਣਿਆ ਕਿ ਅਕਾਲ ਤਖਤ ਸਾਹਿਬ ਆਪਾਂ ਪੇਸ਼ ਹੋ ਕੇ ਅਸੀਂ ਮਾਫ਼ੀ ਮੰਗਦੇ, ਠੀਕ ਹੈ ਜੀ, ਚਲੋ ਅਕਾਲ ਤਖਤ ਸਾਹਿਬ, ਮੈਂ ਕਹਿੰਦਾ ਇੱਕ ਵਾਰ ਨਹੀਂ ਜਿੰਨੀ ਵਾਰੀ ਮਰਜ਼ੀ ਜਾਇਆ ਜਾਵੇ ਉਹ ਥੋੜ੍ਹਾ ਹੀ ਹੈ ਜੀ। ਚਲੋ ਉਹਦੇ ਨਾਲ ਹੀ ਅਕਾਲ ਤਖਤ ਸਾਹਿਬ ਨੂੰ ਜਿਹੜਾ ਜਵਾਬ ਸੀ ਉਹ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਨਿਮਾਣਾ ਸਿੱਖ ਹੋ ਕੇ ਉੱਥੇ ਗੋਡੇ ਲਾ ਕੇ ਉਹ ਆਪਦਾ ਜਿਹੜਾ ਜਵਾਬ ਸੀ ਉਹਨਾਂ ਦੇ ਅੱਗੇ ਸਬਮਿਟ ਕਰਤਾ, ਉਹਨਾਂ ਨੂੰ ਦੇਤਾ ਜਥੇਦਾਰ ਸਾਹਿਬ ਨੂੰ। ਹੁਣ ਇਹਦੇ ਨਾਲ ਕੜੀ ਕੀ ਜੁੜਦੀ ਆ? ਕੜੀ ਇਹ ਜੁੜਦੀ ਆ ਵਿੱਚੋਂ ਹੀ ਫਿਰ ਪ੍ਰਦੀਪ ਕਲੇਰ ਨਿਕਲਿਆ ਆ। ਦੇਖੋ ਸਾਰੀ ਕੜੀ ਨਾਲ ਕੜੀ ਜੁੜੀ ਜਾਂਦੀ ਆ ਜੀ ਇਸ ਚੀਜ਼ ਦੀ। ਪ੍ਰਦੀਪ ਕਲੇਰ ਕਹਿਣ ਲੱਗ ਗਿਆ ਕਿ ਮਾਫ਼ੀ, ਮਤਲਬ ਸੁਖਬੀਰ ਸਿੰਘ ਬਾਦਲ ਨੇ, ਜਿਹੜਾ ਬੰਦਾ ਬੇਅਦਬੀ ਕਰਦਾ, ਬੇਅਦਬੀ ਜੇ ਕਿਸੇ ਨੇ ਵੀ ਕਰਵਾਈ ਆ, ਉਹ ਬੰਦਾ ਆਪਦਾ ਕੋਈ
ਜਿਹੜਾ ਉਹਦਾ ਸੈਕਿੰਡ ਇਨ ਕਮਾਂਡ ਹੁੰਦਾ ਉਹਨੂੰ ਨਹੀਂ ਭੇਜਦਾ ਹੁੰਦਾ, ਕਹਿੰਦਾ ਵੀ ਜਿਹੜਾ ਕੋਈ ਕੰਮ ਕਰਦਾ ਲੋਕ ਜਿਹੜਾ ਥੱਲੇ ਬੇਸ ਤੇ ਕੰਮ ਕਰਦਾ ਉਹ ਤੋਂ ਕਰਾਈ ਜਾਂ ਕਿਵੇਂ ਵੀ ਕਰਾਈ, ਉਹ ਬੰਦਿਆਂ ਤੋਂ ਕਰਾਈ। ਉਹ ਕਹਿੰਦਾ ਮੈਂ ਮੀਟਿੰਗ ਕਰਕੇ ਆਇਆ ਸੀ। ਇਹ ਤੁਹਾਨੂੰ ਗੱਲਾਂ ਸਮਝ ਆਉਂਦੀਆਂ ਜੀ? ਇਹ ਤਾਂ ਸਿਰਫ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਦੀ ਸ਼ਾਖ ਖਰਾਬ ਕਰਨ ਤੇ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼ਾਖ ਖਰਾਬ ਕਰਨ ਤੇ, ਕੋਈ ਹੋਰ ਤਾਂ ਮੁੱਦਾ ਲੱਭਦਾ ਨਹੀਂ ਜੀ ਇਹਨਾਂ ਨੂੰ। ਇਹ ਬਹੁਤ ਮਾੜੀ ਗੱਲ ਆ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗ ਰਿਹਾ ਜੀ। ਇਹ ਮੈਂ ਤਾਂ ਕਹਿੰਦਾ ਇਦੋਂ ਮਾੜੀ ਗੱਲ ਹੈ ਨਹੀਂ ਕੋਈ। ਭਾਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਕਿ ਜਿਹੜੇ ਬਾਗੀ ਲੀਡਰ ਨੇ ਇਹ ਤਾਂ ਆਪਦੇ ਘਰੇ ਬਹਿ ਗਏ ਨੇ। ਹੁਣ ਜਿਨ੍ਹਾਂ ਨੇ 30-30, 40-40 ਸਾਲ ਮਿਨਿਸਟਰੀਆਂ ਹੰਢਾਈਆਂ ਹੋਣ, ਉਹਨਾਂ ਦਾ ਅਸਰ ਰਸੂਖ ਹੁੰਦਾ ਕਿ ਨਹੀਂ ਹੁੰਦਾ ਜੀ? ਹੁੰਦਾ ਜੀ। ਉਹ ਬੰਦੇ ਘਰੇ ਬਹਿ ਕੇ ਤੇ ਆਪਦੇ ਅੰਦਰ ਕਦੀ ਵੋਟਰਾਂ ਨੂੰ ਫੋਨ ਕਰੋ ਕਿ ਭਾਈ ਆਪਾਂ ਉੱਧਰ ਨਹੀਂ ਚੱਲਣਾ, ਉੱਧਰ ਵੋਟਾਂ ਪਾਉਣੀਆਂ, ਤੇ ਠੀਕਰਾ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਭੰਨਦੇ ਹੋ। ਭਾਜੀ ਗੱਲ ਸੁਣੋ, ਮੈਂ ਨਹੀਂ ਨਹੀਂ 117 ਤੇ ਨਹੀਂ ਹੋਈਆਂ ਭਾਜੀ, ਨਹੀਂ ਮੈਂ ਤੁਹਾਡੀ ਭਾਜੀ ਮੈਂ ਭਾਜੀ ਪੰਥਕ ਕਿੱਥੇ ਨਹੀਂ ਗਿਆ ਜੀ? ਤੁਸੀਂ ਮੇਰੀ ਗੱਲ ਸੁਣੋ, ਹੁਣ ਤੁਸੀਂ ਪਹਿਲਾਂ ਤੁਹਾਡੀ ਗੱਲ ਦਾ ਜਵਾਬ ਦੇ ਲੈਣ ਦਿਓ ਮੈਨੂੰ। ਭਾਜੀ ਹੁਣ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਚੱਲੋ ਜੀ ਹੁਣ, ਠੀਕ ਹੈ ਨਾ? ਇਹ ਇਸ ਵਿਸ਼ੇ ਤੇ ਆਪਾਂ ਗੱਲ ਇਸ ਲਈ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਵਿਸ਼ਾ ਹੁਣ ਅਕਾਲ ਤਖ਼ਤ ਸਾਹਿਬ ਤੇ ਆ। ਆਪਾਂ ਇੱਕ ਬਹੁਤ ਨਿਮਾਣੇ ਸਿੱਖ ਹਾਂ ਗੁਰੂ ਮਹਾਰਾਜ, ਅਸੀਂ ਉਹ ਓਡੇ ਵੱਡੇ ਹੁਣ ਉੱਥੇ ਜਿੱਥੇ ਕੋਰਟ 'ਚ ਵੱਡੀ ਦੁਨੀਆ ਦੀ ਸਭ ਤੋਂ ਵੱਡੀ ਕੋਰਟ 'ਚ ਫੈਸਲਾ ਗਿਆ ਹੋਇਆ, ਉਹ ਹੁਣ ਜਥੇਦਾਰ ਸਤਿਕਾਰਯੋਗ ਜਥੇਦਾਰ ਨੇ, ਉਹ ਇਹ 'ਤੇ ਟਿੱਪਣੀ ਕਰ ਸਕਦੇ ਆ। ਆਪਾਂ ਨਿਮਾਣੇ ਸਿੱਖ ਹੋਣ ਦੇ ਨਾਤੇ ਅਸੀਂ ਉੱਥੇ ਕੋਈ ਟਿੱਪਣੀ ਨਹੀਂ ਹਜੇ ਕਰ ਸਕਦੇ। ਇਹ ਉਹਨਾਂ ਦੇ ਸੁਝਾਅ ਤਾਂ ਬਹੁਤ ਹੋਰ ਵੀ ਦਿੱਤੇ ਜੀ। ਇਹ ਨਹੀਂ ਨਹੀਂ ਜੇ 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 ਕਹੀ ਜੇ ਉਹਨਾਂ ਝੁੰਡਾ ਕਮੇਟੀ ਦਾ ਹੋਰ ਵੀ ਕੁਛ ਕਹੋ ਸੀ, ਜਿਹੜਾ ਹੁਣ ਜਿਹੜੇ ਪੁਰਾਣੇ ਲੀਡਰ ਆ ਜਿਹੜੇ ਪੀੜ੍ਹੀਆਂ ਦਰ ਪੀੜ੍ਹੀਆਂ ਚੱਲੇ ਆਉਂਦੇ ਆ ਤੇ ਉਹਨਾਂ ਦਾ ਜੀ, ਪਰ ਉਹਨਾਂ ਇਹਨਾਂ 'ਚੋਂ ਹੁਣ ਜਿਹੜੇ ਤੁਸੀਂ ਦੇਖੋ ਇੱਕ ਪ੍ਰੈਜ਼ੀਡੀਅਮ ਬਣਾਈ ਆ ਜੀ 13 ਬੰਦਿਆਂ ਦੀ, 13 ਬੰਦਿਆਂ 'ਚੋਂ ਆਪਾਂ ਕਹਿੰਦੇ ਹਾਂ ਕਿ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਹੋਰ ਕੋਈ ਪ੍ਰਧਾਨਗੀ ਨਹੀਂ ਕਰ ਸਕਦਾ, ਕੋਈ ਬੁੱਧੀਜੀਵ ਆ ਕੋਈ ਉਹ, ਤੁਸੀਂ ਉਹ ਤਾਂ ਇੱਕ ਬੰਦਾ ਛੱਡਣਾ, ਤੁਸੀਂ 13 ਬੰਦਿਆਂ ਦੀ ਪ੍ਰੈਜ਼ੀਡੀਅਮ ਬਣਾਈ ਆ ਜੀ, 13 ਬੰਦਿਆਂ 'ਚੋਂ ਤੁਹਾਨੂੰ ਇੱਕ ਵੀ ਬੰਦਾ ਬੁੱਧੀਜੀਵ ਨਹੀਂ ਲੱਭਿਆ? ਸਾਰੇ ਤੁਸੀਂ ਜਿਹੜੇ ਬਾਦਲ ਪਰਿਵਾਰ ਦੇ ਵਿਰੋਧੀ ਸੀਗੇ ਸ਼ੁਰੂ ਤੋਂ, ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਛੱਡੀਆਂ ਹੋਈਆਂ ਨੇ, ਉਹੀ ਬਣਾਏ ਨੇ। ਜੇ ਹੈ ਤਾਂ ਲਿਸਟ ਮੇਰੇ ਫੋਨ 'ਚ, ਮੈਂ ਕੱਢ ਕੇ ਦਿਖਾ ਵੀ ਦਿੰਦਾ ਕਿਹੜੇ ਕਿਹੜੇ ਮੈਂਬਰ ਪਾਏ ਨੇ। ਉਹਦੇ 'ਚੋਂ ਮੈਨੂੰ ਇੱਕ ਵੀ ਬੁੱਧੀਜੀਵ ਦਿਖਾ ਦਿਓ, ਇੱਕ ਵੀ ਕੋਈ ਨਿਊਟਰਲ ਬੰਦਾ ਦਿਖਾ ਦਿਓ ਪ੍ਰੈਜ਼ੀਡੀਅਮ 'ਚ ਜਿਹੜਾ ਵੀ ਕੋਈ ਪਾਇਆ ਹੋਵੇ। ਹੁਣ ਇਹ ਭਾਜੀ ਇਹ ਤਾਂ ਇੱਕ ਸੱਤਾ ਦੀ ਆ, ਹੁਣ ਜੋ ਤੁਸੀਂ ਮਰਜ਼ੀ ਕਹੀ ਚੱਲੋ, ਮੈਂ ਤਾਂ ਇਹੀ ਕਹਿਣਾ ਕਿ ਆਨੀ ਬਾਨੀ ਅਕਾਲੀ ਦਲ ਨੂੰ ਖੋਰਾ ਲਾਉਣਾ, ਅਕਾਲੀ ਦਲ ਨੂੰ ਕਮਜ਼ੋਰ ਕਰਨਾ, ਅਕਾਲੀ ਦਲ ਨੂੰ ਖਤਮ ਕਰਨਾ, ਇਹਨਾਂ ਦਾ ਇੱਕ ਮਤਲਬ ਰਹਿ ਗਿਆ, ਹੋਰ ਇਹਦੇ ਉੱਤੇ ਕੋਈ ਗੱਲ ਨਹੀਂ ਭਾਜੀ। ਮੇਰਾ ਸਰ ਇੱਕ ਸਵਾਲ ਸੀਗਾ, ਬੀਬੀ ਜਗੀਰ ਕੌਰ ਨੇ ਪਹਿਲਾਂ ਵੀ ਬਾਗੀ ਹੋ ਕੇ ਪਾਰਟੀ ਛੱਡੀ ਸੀਗੀ, ਉਸ ਤੋਂ ਬਾਅਦ ਫਿਰ ਸੁਖਬੀਰ ਬਾਦਲ ਜੀ ਨੇ ਜਿਹੜਾ ਹੈਗਾ ਉਹਨਾਂ ਨੂੰ ਫਿਰ ਪਾਰਟੀ ਜੁਆਇਨ ਕਰਦੇ, ਕਿਸ ਤਰ੍ਹਾਂ ਦੇਖਦੇ ਆ? ਭਾਜੀ ਗੱਲ ਸੁਣੋ, ਜਦੋਂ ਪਾਰਟੀ ਅਸੀਂ ਫਿਰ ਇਹੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹੀ ਰਹੀ ਕਿ ਜੇ ਚਲੋ ਪਾਰਟੀ 'ਚ ਕੰਮ ਤਾਂ ਕੀਤਾ ਕਦੇ ਇਹਨਾਂ ਨੇ, ਪਾਰਟੀ ਲਈ ਕੰਮ ਕੀਤਾ, ਤੇ ਜੇ ਬੰਦੇ ਨੂੰ ਆਪਾਂ ਕਹਿੰਦਾ ਸਵੇਰ ਦਾ ਭੁੱਲਿਆ ਸ਼ਾਮ ਨੂੰ ਜੇ ਘਰੇ ਆ ਜਾਵੇ ਉਹਨੂੰ ਭੁੱਲਿਆ ਨਹੀਂ ਕਹਿੰਦੇ, ਉਹਨਾਂ ਨੂੰ ਤਾਂ ਫਿਰ ਇੱਕ ਵਾਰੀ ਮੌਕਾ ਦੇਤਾ, ਪਰ ਇਹ ਫਿਰ ਮਤਲਬ ਪ੍ਰਸਤ ਨਿਕਲੇ ਜੀ, ਫਿਰ ਉਵੇਂ ਗੱਲਾਂ ਕੀਤੀਆਂ, ਤੇ ਇਹ ਬਹੁਤ ਮਾੜੀ ਗੱਲ ਹੈ ਜੀ। ਤੁਸੀਂ ਗੱਲ ਕਰਦੇ ਹੋ ਸੁਖਬੀਰ ਬਾਦਲ ਦੇ ਪ੍ਰਧਾਨਗੀ ਦੀ ਗੱਲ ਕੀਤੀ ਹੈ,
ਕਹਿੰਦੇ ਘਰ ਦੇ ਵਿੱਚ ਲੜਾਈ ਹੋ ਜਾਵੇ ਤਾਂ ਜਿਹੜਾ ਵੱਡਾ ਪਰਿਵਾਰ ਦਾ ਮੈਂਬਰ ਹੁੰਦਾ ਨਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ, ਉਹਦੇ ਵਾਸਤੇ ਚਾਹੇ ਜਿੰਨੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਏ। ਪਰ ਇੱਥੇ ਸੁਖਬੀਰ ਬਾਦਲ ਨੂੰ ਜਦੋਂ ਉਹਨਾਂ ਦੀ ਪ੍ਰਧਾਨਗੀ ਦੀ ਕੁਰਬਾਨੀ ਦੀ ਗੱਲ ਆਈ ਆ, ਉੱਥੇ ਜਿਹੜੀ ਚੋਰੀ ਕੁਰਬਾਨੀ ਦਿੱਤੀ ਗਈ, ਕਿਉਂ ਪੂਰਾ ਪਰਿਵਾਰ ਬਚਾਇਆ ਕਿਉਂ ਨਹੀਂ? ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪ੍ਰਧਾਨ ਜੀ ਪਹਿਲੇ ਦਿਨ ਤੋਂ ਹੀ ਸਾਰੀਆਂ ਮੀਟਿੰਗਾਂ ਹੋਈਆਂ, ਆ ਐਸ ਜੀ ਪੀ ਸੀ ਮੈਂਬਰ ਸਾਹਿਬ ਬੈਠੇ ਨੇ, ਐਸ ਜੀ ਪੀ ਸੀ ਮੈਂਬਰ ਸਾਹਿਬਾਂ ਦੀ ਮੀਟਿੰਗ ਲਹਿਦਾ ਹੋਈ, ਵਰਕਿੰਗ ਕਮੇਟੀਆਂ ਦੀ ਲਹਿਦਾ ਹੋਈ ਮੀਟਿੰਗ, ਯੂਥ ਦੀ ਲਹਿਦਾ ਹੋਈ, ਇਸਤਰੀ ਅਕਾਲੀ ਦਲ ਦੀ ਲਹਿਦਾ ਹੋਈ, ਹਰ ਵਰਕਰ ਨੂੰ ਹਰ ਅਹੁਦੇਦਾਰ ਨੂੰ ਉੱਥੇ ਸੱਦਿਆ ਗਿਆ। ਸੁਖਬੀਰ ਸਿੰਘ ਬਾਦਲ ਜੀ ਸਾਰਿਆਂ ਤੋਂ ਪਹਿਲਾਂ ਜਦੋਂ ਬਹਿੰਦੇ ਸੀਗੇ, ਕਹਿੰਦੇ ਮੈਂ ਪਾਰਟੀ ਪ੍ਰਧਾਨਗੀ ਛੱਡਣ ਨੂੰ ਤਿਆਰ ਹਾਂ, ਕਿ ਤੁਸੀਂ ਦੱਸੋ ਕੋਈ ਵੀ ਵਰਕਰ, ਇੱਕ ਵੀ ਵਰਕਰ, ਇਹ ਜਿਹੜੇ 7-8 ਜਾਣੇ ਆ, ਇਹ ਤਾਂ ਪਹਿਲੇ ਦਿਨ ਤੋਂ ਹੀ, ਚਾਹੇ ਬਰਨਾਲਾ ਪਰਿਵਾਰ ਹੋ ਗਿਆ ਜਾਂ ਜਿਹੜੇ ਵੀ ਆਪਾਂ ਬਾਕੀ ਪਰਿਵਾਰ ਨੇ, ਆਪਾਂ ਸਾਰੇ ਦੇਖਦੇ ਹਾਂ ਕਿ ਇਹ ਪਹਿਲੇ ਦਿਨ ਤੋਂ ਬਾਦਲ ਪਰਿਵਾਰ ਦੇ ਅਗੇਂਸਟ ਹੈ ਜੀ। ਹੁਣ ਨੀ ਗੱਲਾਂ ਹੋਈਆਂ, ਕਈ ਵਾਰੀ ਅਕਾਲੀ ਦਲ ਜਿਹੜਾ ਵਾ ਉਹ ਇਵੇਂ ਹੋਈ ਆ, ਪਰ ਅਕਾਲੀ ਦਲ ਫਿਰ ਤੁਹਾਨੂੰ ਦੱਸੋ ਵੀ ਜਦੋਂ ਦੋ ਚ ਮਤਲਬ ਹੋਈ ਕੀ ਪੋਜੀਸ਼ਨ ਬਣ ਗਈ ਸੀ ਅਕਾਲੀ ਦਲ, ਉਦੋਂ ਕਹਿੰਦੇ ਵੀ ਅਕਾਲੀ ਦਲ ਆ ਹੀ ਨਹੀਂ ਸਕਦਾ, ਪਰ ਅਕਾਲੀ ਦਲ ਫਿਰ ਕੀਤਾ। ਇਹ ਨਹੀਂ ਹੁੰਦਾ, ਇਹ ਪੰਜਾਬ ਸਰਦਾਰ, ਮੈਂ ਤੁਹਾਨੂੰ ਹਲਕਾ ਨਕੋਦਰ ਤੋਂ ਜੀ, 2012 ਤੋਂ ਪਹਿਲਾਂ ਕੌਣ ਜਿੱਤਦਾ ਸੀ ਜੀ? ਕਾਂਗਰਸ ਜਿੱਤਦੀ ਆਈ ਲਗਾਤਾਰ, ਕਦੇ ਜਿੱਤਿਆ ਅਕਾਲੀ ਦਲ? ਉਧਰੋਂ ਕੁਹਾੜ ਸਾਹਿਬ ਦੇ ਹਲਕੇ ਬੰਦੀ ਟੁੱਟੀ 2012 ਚ, ਉਧਰੋਂ ਕੁਹਾੜ ਸਾਹਿਬ ਦੇ ਦੋਨੇ ਤੋਂ ਪਿੰਡ ਆਏ, ਇਧਰੋਂ ਮੇਰੇ ਪਿਤਾ ਸਰਦਾਰ ਗੁਰਦੀਪ ਸਿੰਘ ਭੁੱਲਰ ਜੀ ਦੇ ਨੂਰਮਹਿਲ ਵਾਲੇ 80-85 ਪਿੰਡ ਆਏ। ਇਹ ਹਲਕਾ ਬਹੁਤ ਵਧੀਆ ਬਣ ਗਿਆ ਸੀ। ਹੁਣ ਸਾਹਮਣੇ ਤਾਂ ਜਿਹੜੇ ਲੋਕ ਸਾਹਮਣੇ ਆ, ਲੋਕ ਤਾਂ ਸਤਿਕਾਰ ਦੇ ਵਜੇ ਆ ਜੀ, ਲੋਕਾਂ ਨੂੰ ਸਤਿਕਾਰ ਦੋਗੇ, ਲੋਕੀ ਤਾਂ ਸੀ ਨਾਲ। ਹੁਣ ਭੁੱਲਰ ਸਾਹਿਬ ਦੇ ਨਾਲ ਅਸੀਂ ਦੇਖਦੇ ਹਾਂ, ਮੇਰੇ ਮਾਤਾ ਜੀ ਨਾਲ ਬੈਠੇ ਆ, ਮੇਰੇ ਮਾਤਾ ਜੀ ਇੱਕ ਵਾਰੀ ਦੱਸ ਦੇਣ ਕਿ ਇਹ ਕਦੇ ਜ਼ਿੰਦਗੀ 'ਚ ਘੁੰਮਣ ਗਏ ਆ ਕਦੇ? ਉਹ ਲੋਕਾਂ ਨੂੰ ਸਮਰਪਿਤ ਲੀਡਰ ਸੀਗੇ। ਇਹ ਗੱਲ ਉਹ, ਜੇ ਉਹਨਾਂ ਕੋਲ ਘੰਟਾ ਵੀ ਸਮਾਂ ਹੁੰਦਾ ਸੀ ਘਰੇ ਨਹੀਂ ਬਹਿੰਦੇ ਸੀ ਲੋਕ, ਜਿਹੜੇ ਭੁੱਲਰ ਸਾਹਿਬ ਨਾਲ ਕੰਮ ਕੀਤਾ ਜਾਂ ਜਿਨ੍ਹਾਂ ਨੇ ਉਹਨਾਂ ਨਾਲ ਮਤਲਬ ਰਹੇ ਆ, ਉਹਨਾਂ ਦਾ ਸਟਾਈਲ, ਜੇ ਉਹ ਪੱਗ ਵੀ ਬੰਨਦੇ ਸੀ ਨਾ, ਪੱਗ ਵੀ ਲੋਕ ਸੰਗਤ 'ਚ ਬਹਿ ਕੇ ਬੰਨ ਲੈਂਦੇ ਹੁੰਦੇ ਸੀ ਕਿ ਮੇਰੇ ਵਰਕਰ ਦਾ ਟਾਈਮ ਨਾ ਖਰਾਬ ਹੋਵੇ। ਕੋਈ ਬੰਦਾ ਸਾਡੇ ਘਰ 5 ਵਜੇ ਆ ਜਾਂਦਾ ਸੀ, ਉਹਨੂੰ 5 ਵਜੇ ਵੀ ਗੇਟ ਖੋਲਦੇ ਸੀ, ਕੋਈ ਰਾਤ 12 ਵਜੇ ਆ ਜਾਂਦਾ ਸੀ 12 ਵਜੇ ਵੀ। ਇਹ ਤੁਸੀਂ ਮੇਰੇ ਤੇ ਯਕੀਨ ਨਾ ਕਰਿਓ, ਸਾਡੇ ਹਲਕੇ 'ਚ ਪੁੱਛ ਲਿਓ ਜੀ। ਭਾਜੀ ਗੱਲ ਸੁਣੋ, 2012 'ਚ ਮੈਂ ਤੁਹਾਨੂੰ ਉਹੀ ਦੱਸਦਾ, 2012 ਅਸੀਂ ਹੈਗੇ ਹਾਂ ਅਕਾਲੀ ਦਲ ਦੇ ਨਾਲ, ਸਾਡੇ ਅਸੀਂ ਚਾਹ ਕੇ ਵੀ ਅਕਾਲੀ ਦਲ ਨਹੀਂ ਛੱਡ ਸਕਦੇ, ਕਿਉਂਕਿ ਜਿੱਥੇ ਤੁਹਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ, 1982 'ਚ ਸਾਡੇ ਦਾਦਾ ਜੀ ਸਰਦਾਰ ਸੋਹਣ ਸਿੰਘ ਭੁੱਲਰ ਜੀ ਨੇ ਸ਼ਹੀਦੀ ਦਿੱਤੀ, ਸਾਡੀ ਪੜਦਾਦੀ ਜੀ ਮਾਤਾ ਉੱਤਮ ਕੌਰ ਜੀ ਪੂੰਜੀਆਂ ਦੇ ਮੋਰਚੇ 'ਚ ਜੇਲ੍ਹਾਂ ਕੱਟ ਕੇ ਆਏ, ਫਿਰ ਸਾਡੇ ਦਾਦਾ ਜੀ ਨੇ ਸ਼ਹੀਦੀ ਦਿੱਤੀ, ਫਿਰ ਸਾਡੇ ਪਿਤਾ ਜੀ ਨੇ ਸਾਰੀ ਜ਼ਿੰਦਗੀ ਲਾਤੀ, ਅਸੀਂ ਤਾਂ ਚਾਹ ਕੇ ਵੀ ਨਹੀਂ ਛੱਡ ਸਕਦੇ। 2001 ਮਿਸਾਲ ਦੀ ਗੱਲ ਆ, ਬਹੁਤ ਘੱਟ ਹਲਕੇ ਹੋਣਗੇ ਜਿਨ੍ਹਾਂ ਦੀ ਟਿਕਟ ਕੱਟੀ ਗਈ। 2012 'ਚ ਅਸੀਂ ਮੌਜੂਦਾ MLA ਸੀ, ਸਾਡੀ ਟਿਕਟ ਕੱਟ ਕੇ ਵਡਾਲਾ ਸਾਹਿਬ ਨੂੰ ਦਿੱਤੀ, ਅਸੀਂ ਮਦਦ ਕੀਤੀ, ਸਾਡੇ ਪੋਸਟ ਸਾਡੀਆਂ
ਮਾਤਾ ਜੀ ਦੀ ਤੇ ਫਾਦਰ ਸਾਹਿਬ ਦੀ ਫੋਟੋ ਲਾ ਕੇ ਉਹਨਾਂ ਨੇ ਇਲੈਕਸ਼ਨਾਂ ਲੜੀਆਂ। ਅਸੀਂ ਅਸੀਂ ਪਾਰਟੀ ਠੀਕ ਹੈ, ਤਿਆਗ ਸੀਗਾ, ਤਿਆਗ ਦੇ ਦਿੱਤਾ ਸੀ, ਪਰ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਮੈਨੂੰ ਇੱਕ ਵੀ ਦੱਸ ਦਿਓ, ਇੱਕ ਵੀ ਬਾਈ ਇਲੈਕਸ਼ਨ ਭੁੱਲਰ ਪਰਿਵਾਰ ਨਾ ਗਿਆ ਹੋਵੇ, ਇੱਕ ਵੀ ਧਰਨੇ ਤੇ ਕਿਤੇ ਭੁੱਲਰ ਪਰਿਵਾਰ ਨਾ ਗਿਆ ਹੋਵੇ, ਇੱਕ ਵੀ ਕਿਸੇ ਰੈਲੀ ਚ ਭੁੱਲਰ ਪਰਿਵਾਰ ਨਾ ਗਿਆ ਹੋਵੇ, ਉਹ ਮੈਨੂੰ ਦੱਸੋ। ਹੁਣ ਇਹਦੀ ਹੁਣ ਇਹਨਾਂ ਦੀ ਕਮਾਂਡ 2012 ਚ ਇਹਨਾਂ ਨੂੰ ਸੌਂਪਤੀ, ਉਦੋਂ ਬਾਅਦ ਤੋਰਨਾ ਸਤਿਕਾਰ ਨਾਲ ਤਾਂ ਹੁਣ ਅਸੀਂ ਕਿਹੜਾ ਜੀ ਕੋਈ ਵਰਕਰ ਸੀ, 3 ਵਾਰ ਦੇ MLA ਰਹੇ, ਹੁਣ ਹਰ ਬੰਦਾ, ਹੁਣ ਜੇ ਉਰੇ ਸਟੇਜ ਕੋਈ ਵੱਡੀ ਲੱਗ ਰਹੀ ਆ ਤਾਂ ਉੱਥੇ ਗੁਰਪ੍ਰਤਾਪ ਸਿੰਘ ਵਡਾਲਾ ਜੀ ਦਾ ਸਾਨੂੰ ਸੁਨੇਹਾ ਦੇਣਾ ਫਰਜ਼ ਸੀ, ਅਸੀਂ ਆਪ ਥੋੜਾ ਆ ਕੇ ਚੱਲ ਕੇ ਆ ਸਕਦੇ ਹਾਂ। ਹੁਣ ਜਦੋਂ ਉਹਨਾਂ ਨੂੰ ਕੋਈ ਇਹ ਮਹਿਸੂਸ ਨਹੀਂ ਹੋਇਆ ਤੇ ਹੁਣ ਆ ਰਿਜ਼ਲਟ ਵੀ ਦੇਖ ਲਓ ਜੀ, ਨਹੀਂ ਇਹੀ ਤਾਂ ਗੱਲ ਸੁਣੋ ਜੀ, ਬੰਦੇ ਜਿਹੜੇ ਅਕਾਲੀ ਦਲ ਦੇ ਸਾਂਭੇ ਨੀ, ਜਿਨ੍ਹਾਂ ਤੇ ਪਰਚੇ ਕਰਾਏ ਆ, ਗੱਲ ਸੁਣੋ, ਜਿਨ੍ਹਾਂ ਦੇ ਮੈਂ ਤੁਹਾਨੂੰ ਦੱਸਦਾ, ਮੈਂ ਤੁਹਾਨੂੰ ਅਨੇਕਾਂ ਉਦਾਹਰਨਾਂ ਦੇ ਸਕਦਾ ਪਰ ਸਮਾਂ ਨਹੀਂ ਮੈਂ ਖਰਾਬ ਕਰਨਾ ਚਾਹੁੰਦਾ, ਜਿਨ੍ਹਾਂ ਦੇ ਪਤੀ ਘਰ ਵਾਲੇ 5-5 ਸਾਲ ਜੇਲ੍ਹਾਂ ਕੱਟੀਆਂ, ਉਹ ਪਰ ਜਿਨ੍ਹਾਂ ਦੇ ਝੂਠੇ ਪਰਚੇ ਕਰਾਏ, ਉਹ ਪਰਿਵਾਰ ਆਪਦੇ ਪਰਿਵਾਰ ਨੂੰ ਤੁਰਨ ਦੇ ਦੂ ਨਾਲ ਕਿਸੇ ਦੇ, ਉਹ ਕਿਵੇਂ ਕਹਿ ਦੂਗਾ ਤੁਸੀਂ ਅਕਾਲੀ ਦਲ ਦੇ ਨਾਲ ਤੁਰ ਪੋ। ਹੁਣ ਉਹ ਤੁਸੀਂ ਉਹ ਸਾਡੇ ਨਾਲ ਜੁੜੇ ਸੀ, ਸਾਡੇ ਨਾਲ ਉਹ ਜੁੜੇ ਸੀ, ਅਸੀਂ ਤਾਂ ਉਹਨਾਂ ਨੂੰ ਫੁੱਲਾਂ ਵਾਂਗ ਰੱਖਿਆ ਆਪਦੇ ਵਰਕਰਾਂ ਨੂੰ, ਇਹਨਾਂ ਨੇ ਤਾਂ ਬੰਦੇ ਹੀ 2-3 ਦੇਖੇ ਆ, ਬਾਕੀ ਤਾਂ ਸਾਰੇ ਕੁੱਟ ਕੁੱਟ ਪੁੰਜੇ ਲੈਣ ਲਾਏ ਆ। ਉਹਨਾਂ ਦੇ ਕਹਿਣ ਤੇ ਜੀ ਹੁਣ ਕੀ ਕਹਿ ਸਕਦੇ, ਤਾਂ ਬਹੁਤ ਕੁਛ ਕਹਿੰਦੇ ਨੇ, ਨਹੀਂ ਜਿਹੜੇ ਉਹ ਗੱਲਾਂ ਕਹਿੰਦੇ ਆ ਵੀ ਉੱਥੇ ਕੀਤੀ ਆ ਇਹਨਾਂ ਨੇ ਮਦਦ ਆਮ ਪਾਰਟੀ ਦੇ, ਆਪ ਕਿੰਨੇ ਠਾਕੁਰ ਕੀ ਕਰਦੇ ਰਹੇ, ਮੇਰੀ ਗੱਲ ਸੁਣੋ, ਅਸੀਂ ਰੌਲਾ ਪਾਉਂਦੇ ਨੇ ਉੱਥੇ ਲੀਡਰਸ਼ਿਪ ਕੋ ਵੀ ਸਾਡੀ ਮੁਖਾਲਫਤ ਹੁੰਦੀ ਆ, ਤਾਂ ਪ੍ਰੂਫ ਦੇ ਦਿੰਦੇ ਆ ਇੱਥੇ ਦੇ ਸਮਰੇ ਦੀ ਛੱਡੋ ਤੁਸੀਂ, ਆਪਾਂ ਸਾਡੇ ਠਾਕੁਰ ਚ ਵਿਚਿੱਤਰ ਨੂੰ ਹਰਾਉਣ ਵਾਲੇ ਇਹਨਾਂ ਦੇ ਤਗੜੇ ਤਗੜੇ ਵਰਕਰ ਜਾਂਦੇ ਰਹੇ, ਮਤਲਬ ਗੱਲ ਸੁਣੀਏ ਜੇ ਝੱਗਾ ਚੱਕੀ ਆਪਣਾ ਢਿੱਡ ਨੰਗਾ ਹੁੰਦਾ ਵਾ, ਇਹ ਤਾਂ ਹੁਣ ਹਾਰ ਗਿਆ, ਇਹਦਾ ਇਲੈਕਸ਼ਨ ਆਪ ਨਾਲ ਲੜੀ ਇਹਨੇ, ਤਾਂ ਕਹਿੰਦੇ 20,000 ਤੇ ਜਿੱਤਦੇ ਸੀ, ਮੈਂ ਤੁਹਾਨੂੰ ਖੁਦ ਰੋਣਾ, ਮੈਨੂੰ ਬੜੇ ਇੱਥੇ, ਮੈਂ ਹੁਣ ਚੰਗੇ ਸੀਨੀਅਰ ਇਹਨਾਂ ਦੇ ਬੰਦੇ, ਉਹ ਕਹਿੰਦੇ ਯਾਰ ਅਸੀਂ ਤਾਂ 20,000 ਤੇ ਜਿੱਤਣਾ, ਮਹਿਕਮਾ ਵੀ ਜਿਹੜਾ ਸੀਗਾ ਉਹ ਲੈਣਾ, ਜਿਹੜਾ ਸਭ ਕੁਛ ਸੀਗਾ, ਲੇਕਿਨ ਤੁਸੀਂ ਹਾਰਨਾ ਉੱਥੋਂ, ਮੇਰੀ ਗੱਲ ਸੁਣੋ, ਹਾਲੇ ਸਾਡੀ ਜਿੱਥੋਂ ਹੈ ਸਾਡੀ ਸਿਰ ਦੇ ਉੱਥੇ ਬਾਜੀ ਲੱਗੀ ਹੋਈ ਸੀ, ਉਹ ਕੁਹਾੜ ਪਰਿਵਾਰ ਨੂੰ ਲਾਉਣ ਲਈ ਆਪ ਨੀ ਉੱਥੇ ਗਏ, ਮੈਂ ਕਹਿੰਦਾ ਕਿਤੇ ਗੱਲਿਆ ਤਾਂ ਅਸੀਂ ਪ੍ਰੂਫ ਦੇ ਦਿੰਦੇ ਹਾਂ, ਕਿਤੇ ਇਹ ਦੋਸ਼ ਨੇ ਵੀ ਹਾਰ ਗਿਆ, ਜਦੋਂ ਉੱਥੇ ਕੰਮ ਹੀ ਉੱਥੇ ਜਾ ਕੇ ਕਰਦੇ ਸੀ, ਇਹਦੇ ਹਾਰ ਗਿਆ ਤੇ ਹੁਣ ਇਹਨਾਂ ਨੇ ਮਦਦ ਕੀਤੀ, ਜਿੱਤੀਆਂ ਤਾਂ ਜੋ ਪਹਿਲਾਂ ਜਦੋਂ ਜਿਤਾਉਣ ਚ ਕੀਤੀ 12 ਚ ਮਦਦ, ਭੁੱਲਰ ਪਰਿਵਾਰ ਨੇ ਭੁੱਲਰ ਦੀ ਫੋਟੋ ਲਾਈ ਨਾਲ ਬੀਬੀ ਜੀ ਦੀ ਲਾਈ ਫੋਟੋ, ਉਦੋਂ ਹੁਣ ਦੇਖੋ ਕਿਹੜੀ ਪਾਰਟੀ ਚ ਜਾ ਕੇ ਇਲੈਕਸ਼ਨ ਲੜਦੇ ਆ, ਆਪਦੀ ਪਾਰਟੀ ਬਣਾਉਂਦੇ ਆ ਜਾਂ ਕਿਸੇ ਚ ਮਰਜ਼ ਹੋਣਾ, ਮੈਨੂੰ ਤਾਂ ਲੱਗਦਾ ਮਰਜ਼ ਮੁਰਜ਼ ਹੋ ਜਾਣਗੇ, ਅਕਾਲੀ ਦਲ ਚੜ੍ਹਦੀ ਕਲਾ ਚ ਰਹੂ ਜੀ, ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਆ, 100 ਸਾਲ ਤੋਂ ਵੀ ਉੱਪਰ ਉਹ ਪੁਰਾਣੀ ਪਾਰਟੀ ਆ, ਸ਼੍ਰੋਮਣੀ ਅਕਾਲੀ ਦਲ ਦਾ ਬੜਾ ਇੱਕ ਇਤਿਹਾਸ ਆ, ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਆਊਗਾ, ਮਤਲਬ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਮਤਲਬ ਸ਼੍ਰੋਮਣੀ ਅਕਾਲੀ ਦਲ ਚਟਾਨ ਵਾਂਗੂ ਆਪਣੀ ਸੇਵਾ ਨੂੰ ਨਿਭਾ ਰਿਹਾ ਵਾ। ਇਹ ਗੱਲ ਕਰਦੇ ਸੀ ਜੇ ਕਹਿੰਦੇ ਤੁਹਾਨੂੰ ਪਾਰਟੀ 'ਚ ਮੌਕਾ ਦਊਗੀ, ਅਸੀਂ ਪਾਰਟੀ ਦੇ ਹੁਕਮ ਦੇ ਵੱਜੇ ਹਾਂ, ਅਸੀਂ ਪਾਰਟੀ ਲਈ ਇੱਕ ਵੈਸੇ ਐਜ਼ ਏ ਸਧਾਰਨ ਵਰਕਰ ਬਣ ਕੇ ਵੀ ਕੰਮ ਕਰ ਰਹੇ ਨੇ, ਜੇ ਸਾਨੂੰ ਕੋਈ ਪਾਰਟੀ ਨੁਮਾਇੰਦਗੀ ਦਊਗੀ ਉਹਦੇ ਲਈ ਵੀ ਸਰਬੰਧ, ਅਸੀਂ ਤਾਂ ਪਾਰਟੀ ਦੀ ਸੇਵਾ ਕਰਨੀ ਜਿਵੇਂ ਮਰਜ਼ੀ। ਪੰਜਾਬ ਵਿੱਚ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਆ, ਪੰਜਾਬ 'ਚ ਵਿਕਾਸ ਉਦੋਂ ਹੋਇਆ,
ਤੇ ਇਹ ਇਹ ਪੰਜਾਬ ਦੇ ਲੋਕ ਜਾਣਦੇ ਨੇ, ਪੰਜਾਬ ਦਾ ਇਤਿਹਾਸ ਆ, ਕੋਈ ਇਹ ਗੱਲ ਨਹੀਂ ਹੈਗੀ ਆਮ ਪਾਰਟੀ ਮਗਰੋਂ ਆ ਕੇ ਉਹ ਮਤਲਬ ਕਿੱਥੇ ਗਈ ਮੁੜ ਕੇ ਆਈ ਆ, ਹੁਣ ਅੱਜ ਕੀ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਜਨਤਾ ਦੀ ਆਵਾਜ਼ ਆ, ਜਨਤਾ ਨੇ ਬਣਾਉਣੀ ਆ, ਜਦੋਂ ਜਨਤਾ ਕਰੂਗੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੂਗੀ। ਪਾਰਟੀ ਪੂਰੀ ਆਪਣੀ ਜਿਹੜੀ ਆ ਯਤਨ ਕਰ ਰਹੀ ਆ, ਉਹ ਲੋਕਾਂ ਦੇ ਵਿੱਚ ਜਾ ਕੇ ਆਪਣਾ ਪਾਰਟੀ ਦਾ ਜਿਹੜਾ ਕੰਡਾ ਉੱਚਾ ਕਰਨਾ। ਅਸੀਂ ਤਾਂ ਜੀ ਸਾਡੇ ਤਾਂ ਜਿਵੇਂ ਵਰਕਰਾਂ ਦਾ ਅਸੀਂ ਸਤਿਕਾਰ ਕਰਨਾ ਜਾਣਦੇ ਹਾਂ, ਅਸੀਂ ਤਾਂ ਉਹਨਾਂ ਨੂੰ ਹੱਥਾਂ 'ਤੇ ਚੱਕ ਕੇ ਉਹਨਾਂ ਦਾ ਸਤਿਕਾਰ ਕਰਾਂਗੇ ਜੀ। ਵੱਧ ਤੋਂ ਵੱਧ ਅਕਾਲੀ ਦਲ ਦੀ ਸੋਚ 'ਤੇ ਪੈਰਾਂ ਦੇਵਾਂਗੇ, ਆਏ ਮਤਲਬ ਵਰਕਰਾਂ ਦੀ ਬਾਂਹ ਫੜਾਂਗੇ ਜੀ।